ਜੰਗਨਾਮੇ ਦਾ ਕਰਤਾ ਸ਼ਾਹ ਮੁਹੰਮਦ ਲਿਖਦਾ ਹੈ, ਲਹਿਣਾ ਸਿੰਘ ਸਰਦਾਰ ਮਜੀਠੀਆ ਸੀ, ਅਕਲ ਦਾ ਕੋਟ ਕਮਾਲ ਮੀਆਂ। ਸਰਦਾਰ ਲਹਿਣਾ ਸਿੰਘ ਨੂੰ ਖਾਲਸਾ ਰਾਜ ਦਾ ਇਤਿਹਾਸ ਪੜ੍ਹਦਿਆਂ ਇੱਕ ਅਦੁੱਤੀ ਖੋਜੀ, ਦਾਨਿਸ਼ਮੰਦ, ਉੱਚ ਪੱਧਰੀ ਪ੍ਰਸ਼ਾਸਨਿਕ ਅਧਿਕਾਰੀ, ਧਾਰਮਿਕ ਸ਼ਖਸੀਅਤ ਦੇ ਰੂਪ ਦੇ ਵਿੱਚ ਚਿਤਰਿਆ ਹੋਇਆ ਸਾਨੂੰ ਮਿਲਦਾ ਹੈ। ਸਰਦਾਰ ਲਹਿਣਾ ਸਿੰਘ ਦਾ ਜਨਮ ਸਰਦਾਰ ਦੇਸਾ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਹੋਇਆ। ਸਰਦਾਰ ਦੇਸਾ ਸਿੰਘ ਜੀ ਖਾਲਸਾ ਰਾਜ ਦੇ ਉੱਘੇ ਜਰਨੈਲ ਹੋਏ ਨੇ। ਕਾਂਗੜੇ ਆਦਿ ਦੇ ਇਲਾਕੇ ਦਾ ਨਾਜ਼ਮ ਸਰਦਾਰ ਦੇਸਾ ਸਿੰਘ ਜੀ ਹੋਣਾ ਨੂੰ ਰਣਜੀਤ ਸਿੰਘ ਨੇ ਸਥਾਪਿਆ ਸੀ ਆਪਣੇ ਰਾਜਕਾਲ ਦੇ ਅੰਦਰ ਸ਼ੇਰੇ ਪੰਜਾਬ ਨੇ। ਸਰਦਾਰ ਲਹਿਣਾ ਸਿੰਘ ਮਜੀਠੀਆ ਬਚਪਨ ਤੋਂ ਹੀ ਪੜ੍ਹਾਈ ਦੇ ਵੱਲ ਖਾਸ ਰੁਚੀ ਰੱਖਦੇ ਸਨ। ਉਹਨਾਂ ਨੇ ਉਰਦੂ, ਫਾਰਸੀ, ਪੰਜਾਬੀ, ਹਿੰਦੀ, ਅੰਗਰੇਜ਼ੀ ਇਤਿਹਾਸਿਕ ਜ਼ਬਾਨਾਂ ਦੇ ਵਿੱਚ ਮਹਾਰਤ ਹਾਸਲ ਕੀਤੀ। ਉੱਥੇ ਹੀ ਉਹਨਾਂ ਦੀ ਰੁਚੀ ਜੋਤਿਸ਼ ਵਿਗਿਆਨ, ਗ੍ਰਹਿ ਵਿਗਿਆਨ ਤੇ ਹਿਸਾਬ ਕਿਤਾਬ ਦੇ ਵੱਲ ਵੀ ਸੀ। ਇਹ ਉੱਚ ਪੱਧਰੀ ਖੋਜੀ ਸਨ। ਹਰ ਵਕਤ ਉਹਨਾਂ ਦਾ ਦਿਮਾਗ ਖੋਜਾਂ ਵਾਲੇ ਪਾਸੇ ਲੱਗਿਆ ਰਹਿੰਦਾ ਸੀ। ਸਰਦਾਰ ਲਹਿਣਾ ਸਿੰਘ ਮਜੀਠੀਆ ਸ਼ੇਰੇ ਪੰਜਾਬ ਦੀ ਫੌਜ ਦੇ ਅੰਦਰ ਸਿਪਾਹੀ ਦੇ ਰੂਪ ਦੇ ਵਿੱਚ ਆਪਣਾ ਜੀਵਨ ਜਿਹੜਾ ਸ਼ੁਰੂ ਕਰਦੇ ਆ। ਮੁਲਤਾਨ ਦੀ ਜੰਗ ਹੋਵੇ, ਚਾਹੇ ਨਕਈਆਂ ਦੇ ਨਾਲ ਕੋਈ ਮਸਲਾ ਹੋਵੇ ਜਾਂ ਡੇਰਾ ਇਸਮਾਇਲ ਖਾਨ ਦਾ ਕੋਈ ਮਸਲਾ ਹੋਵੇ, ਉਹਦੇ ਵਿੱਚ ਜਦੋਂ ਵੀ ਆਪਾਂ ਖਾਲਸਾ ਰਾਜ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਸਰਦਾਰ ਲਹਿਣਾ ਸਿੰਘ ਮਜੀਠੀਆ ਦਾ ਜਿਹੜਾ ਯੋਗਦਾਨ ਹੈ ਉਹ ਉੱਭਰ ਕੇ ਸਾਹਮਣੇ ਆਉਂਦਾ ਹੈ ਇੱਕ ਸਿਪਾਹੀ ਦੇ ਰੂਪ ਦੇ ਵਿੱਚ। ਉਹਨਾਂ ਦੇ ਕੋਲ 2 ਬਟਾਲੀਅਨ ਹੋਇਆ ਕਰਦੀਆਂ ਸਨ, ਜਿਹਦੇ ਵਿੱਚ ਉਹਨਾਂ ਕੋਲ 10 ਜਿਹੜੀਆਂ ਸਨ ਫੀਲਡ ਤੇ ਲਾਈਟ ਗੰਨਾਂ ਸਨ, ਤੋਪਖਾਨੇ ਵਾਲੀਆਂ, ਨਾਲ ਉਹਨਾਂ ਦੇ ਕੋਲ 1500 ਘੋੜ ਸਵਾਰ ਸੀ। 1831-32 ਦੇ ਵਿੱਚ ਸਰਦਾਰ ਦੇਸਾ ਸਿੰਘ ਜੀ ਚੜਾਈ ਕਰ ਜਾਂਦੇ ਆ। ਉਹਨਾਂ ਦੀ ਮੌਤ ਤੋਂ ਬਾਅਦ ਸ਼ੇਰੇ ਪੰਜਾਬ ਦੇ ਵੱਲੋਂ ਉਹਨਾਂ ਦੇ ਇਲਾਕੇ ਦਾ ਜਿਹੜਾ ਨਾਜ਼ਮ ਹੈ ਉਹ ਸਰਦਾਰ ਲਹਿਣਾ ਸਿੰਘ ਮਜੀਠੀਆ ਜੀ ਨੂੰ ਮੁਕਰਰ ਕੀਤਾ ਜਾਂਦਾ ਹੈ। ਇਸੇ ਸਮੇਂ ਦੇ ਵਿੱਚ ਹੀ ਸਰਦਾਰ ਲਹਿਣਾ ਸਿੰਘ ਜੀ ਮਜੀਠੀਆ ਨੇ ਜਿਹੜੇ ਉਹਨਾਂ ਨੂੰ ਕੈਸਰ ਉਲ ਇਕਦਾਰ ਦਾ ਜਿਹੜਾ ਖਿਤਾਬ ਹੈ ਉਹ ਵੀ ਦਿੱਤਾ ਜਾਂਦਾ ਹੈ। ਸਰਦਾਰ ਲਹਿਣਾ ਸਿੰਘ ਮਜੀਠੀਆ ਜਿੱਥੇ ਆਪਣਾ ਪ੍ਰਸ਼ਾਸਨਿਕ ਕੰਮ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਸਨ, ਉਹਨਾਂ ਦੀ ਪ੍ਰਜਾ ਉਹਨਾਂ ਤੋਂ ਬੜਾ ਖੁਸ਼ ਸੀ। ਉੱਥੇ ਨਾਲ ਹੀ ਉਹਨਾਂ ਦੀ ਦਾਨਾਈ ਜੀਵਨ ਨੂੰ ਤੱਕਦਿਆਂ ਹੋਇਆਂ ਧਾਰਮਿਕ ਸ਼ਖਸੀਅਤ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਿਹੜਾ ਦਰਬਾਰ ਸਾਹਿਬ ਦਾ ਪ੍ਰਬੰਧਕੀ ਢਾਂਚਾ ਹੈ ਉਹਦੇ ਵੀ ਪ੍ਰਬੰਧਕ ਦੇ ਰੂਪ ਦੇ ਵਿੱਚ ਨਿਯੁਕਤ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਜਿਹੜੀਆਂ ਅੰਮ੍ਰਿਤਸਰ ਦੇ ਅੰਦਰ ਸ਼ੇਰੇ ਪੰਜਾਬ ਦੇ ਲਈ ਆਰਾਮਗਾਹਾਂ ਤਾਮੀਰ ਹੁੰਦੀਆਂ ਨੇ, ਉਹਨਾਂ ਨੂੰ ਬਣਾਉਣ ਵਾਲੇ ਜਿਹੜੇ ਆਰਕੀਟੈਕਟ ਸਨ ਉਹਨਾਂ ਦੇ ਵਿੱਚ ਵੀ ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ਇਨਵੋਲਵ ਕੀਤਾ ਜਾਂਦਾ ਹੈ। ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਇਹੋ ਜਿਹੀ ਘੜੀ ਬਣਾਈ ਸੀ ਜਿਹੜੀ ਜਿੱਥੇ ਘੜੀਆਂ ਪਹਿਰਾਂ ਤੇ ਪਲਾਂ ਨੂੰ ਦੱਸਦੀ ਸੀ ਉੱਥੇ ਨਾਲ ਨਾਲ ਉਹ ਚੰਦਰਮਾ ਦੇ ਵਧਣ ਘਟਣ ਨੂੰ ਵੀ ਦੱਸਦੀ ਸੀ ਤੇ ਬੜੀ ਕਮਾਲ ਦੀ ਕਾਢ ਸੀ ਉਹਨਾਂ ਸਮਿਆਂ ਦੇ ਅੰਦਰ। ਇਹ ਸ਼ੇਰੇ ਪੰਜਾਬ ਨੇ ਜਦੋਂ ਇਸ ਕਾਢ ਨੂੰ ਦੇਖਿਆ ਤੇ ਉਹ ਬੜਾ ਖੁਸ਼ ਹੋਇਆ। ਅੱਜ ਵੀ ਸਰਦਾਰ ਲਹਿਣਾ ਸਿੰਘ ਮਜੀਠੀਆ ਦੀ ਘੜੀ ਤੁਸੀਂ ਦਰਬਾਰ ਸਾਹਿਬ ਦਰਸ਼ਨ ਦੀਦਾਰੇ ਕਰਨ ਜਾਓ ਤੇ ਉੱਥੇ ਤੁਸੀਂ ਦਰਸ਼ਨੀ ਡਿਓੜੀ ਤੋਂ ਜਦੋਂ ਦਰਬਾਰ ਸਾਹਿਬ ਵੱਲ ਜਾਓਗੇ ਤੇ ਉੱਥੇ ਤੁਸੀਂ ਇਹਦਾ ਦੀਦਾਰ ਕਰ ਸਕਦੇ ਹੋ। ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਆਪਣੇ ਟਾਈਮ ਦੇ ਅੰਦਰ ਇੱਕ ਇਹੋ ਜਿਹੀ ਬੰਦੂਕ ਵੀ ਬਣਾਈ ਸੀ ਉਹਨਾਂ ਸਮਿਆਂ ਦੇ ਅੰਦਰ ਜਦੋਂ ਕਿ ਹਜੇ ਇਹ ਖੋਜ ਇੰਨੀ ਅੱਗੇ ਨਹੀਂ ਵਧੀ ਸੀ। ਉਹਨਾਂ ਨੇ ਇੱਕ ਇਹੋ ਜਿਹੀ ਬੰਦੂਕ ਬਣਾਈ ਜਿਹਦੇ ਵਿੱਚੋਂ ਲਗਾਤਾਰ ਇੱਕੋ ਵਾਰ ਦੇ ਵਿੱਚ ਅੱਗੜ ਪਿੱਛੜ 3 ਗੋਲੀਆਂ ਸਨ ਜਿਹੜੀਆਂ ਉਹ ਚੱਲਦੀਆਂ ਸਨ। ਇਹ ਬੰਦੂਕ ਹੈ ਜਿਹੜੀ ਉਹ ਲਾਹੌਰ ਦੇ ਕਿਲੇ ਅੰਦਰ ਪਈ ਰਹੀ ਹੈ ਮੁਲਕ ਦੀ ਤਕਸੀਮ ਤੋਂ ਪਹਿਲਾਂ ਵੀ।
ਸਰਦਾਰ ਲਹਿਣਾ ਸਿੰਘ ਮਜੀਠੀਆ ਦੇ ਬਾਰੇ ਦੇ ਵਿੱਚ ਜ਼ਿਕਰ ਕਰਦੇ ਆ, ਆਸਬਰਨ ਵਰਗੇ ਜਿਹੜੇ ਯੂਰਪੀਨ ਅਧਿਕਾਰੀ ਨੇ ਉਹ ਲਿਖਦੇ ਨੇ ਕਿ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਸੂਰਜਮੁਖੀ ਤੋਪਾਂ ਤੇ ਪਾਟਵੇਂ ਗੋਲੇ ਜਿਹੜੇ ਆਜ਼ਾਦ ਕੀਤੇ ਸਨ ਉਹੋ ਜਿਹੇ ਉਨ੍ਹਾਂ ਨੇ ਦੁਨੀਆਂ ਦੀ ਹੋਰ ਕਿਸੇ ਫੌਜ ਦੇ ਕੋਲ ਉਸ ਟਾਈਮ ਦੇ ਅੰਦਰ ਨਹੀਂ ਦੇਖੇ ਗਏ। ਇਹ ਬਿਹਤਰੀਨ ਤੋਪਾਂ ਸਨ ਤੇ ਬਿਹਤਰੀਨ ਗੋਲੇ ਸਨ। ਇਥੋਂ ਸਾਨੂੰ ਪਤਾ ਲੱਗਦਾ ਹੈ ਕਿ ਸਰਦਾਰ ਸਾਹਿਬ ਦੀ ਜਿਹੜੀ ਖੋਜ ਸੀ ਉਹ ਕਿਤਨੀ ਬਾਕਮਾਲ ਸੀ। ਇਨ੍ਹਾਂ ਖੋਜਾਂ ਤੋਂ ਖੁਸ਼ ਹੋ ਕੇ ਸ਼ੇਰੇ ਪੰਜਾਬ ਨੇ ਸਰਦਾਰ ਲਹਿਣਾ ਸਿੰਘ ਮਜੀਠੀਆ ਜੀ ਨੂੰ ਹੈ ਸ਼ਾਮ ਉਲ ਦੌਲਾ ਦਾ ਖਿਤਾਬ ਵੀ ਜਿਹੜਾ ਸੀ ਉਹ ਬਖਸ਼ਿਸ਼ ਕੀਤਾ ਸੀਗਾ। ਸਾਰੇ ਲਾਹੌਰ ਦਰਬਾਰ ਦੇ ਅੰਦਰ ਸਰਦਾਰ ਲਹਿਣਾ ਸਿੰਘ ਮਜੀਠੀਆ ਜੀ ਦੀ ਗੱਲ ਨੂੰ ਬੜੇ ਇਤਮਾਨ ਦੇ ਨਾਲ ਤੇ ਬੜੀ ਇੱਜ਼ਤ ਦੇ ਨਾਲ ਸੁਣਿਆ ਜਾਂਦਾ ਸੀਗਾ, ਉਨ੍ਹਾਂ ਦਾ ਬੜਾ ਸਤਿਕਾਰ ਸੀ। ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਜਿਹੜਾ ਲਾਹੌਰ ਦਾ ਦਰਬਾਰ ਸੀ ਉਹ ਆਪਸੀ ਖਾਨਾ ਜੰਗੀ ਦੇ ਵਿੱਚ ਉਲਝ ਕੇ ਰਹਿ ਗਿਆ। ਕੁਛ ਡੋਗਰਿਆਂ ਦੀ ਕੁਛ ਸਰਦਾਰਾਂ ਦੀ ਆਪਣੀ ਕੰਮ ਅਗਲੀ ਸੀ। ਇਸੇ ਸਮੇਂ ਦੇ ਅੰਦਰ ਹੀ 1844 ਈਸਵੀ ਦੇ ਵਿੱਚ ਪੰਡਿਤ ਜੱਲਾ ਜਿਹੜਾ ਕਿ ਇੱਕ ਮੇਨ ਪਾਤਰ ਹੈ ਖਾਲਸਾ ਰਾਜ ਦੀਆਂ ਨੀਹਾਂ ਦੇ ਵਿੱਚ ਖੋਰਾ ਲਾਉਣ ਵਾਲਾ, ਉਹਦੇ ਨਾਲ ਸਰਦਾਰ ਲਹਿਣਾ ਸਿੰਘ ਮਜੀਠੀਆ ਦੀ ਕੁਛ ਗੱਲਾਂ ਨੂੰ ਲੈ ਕੇ ਜਿਹੜੀ ਹੈਗੀ ਆ ਉਹ ਇਖਤਲਾਫ਼ ਪੈਦਾ ਹੋ ਜਾਂਦੇ ਨੇ ਆਪਸ ਦੇ ਵਿੱਚ, ਜਿਹਦੇ ਕਰਕੇ ਉਹ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਤੇ ਲਾਹੌਰ ਦਰਬਾਰ ਦੇ ਉੱਤੇ ਉਹਨਾਂ ਦੇ ਕਬਜ਼ੇ ਨੂੰ ਦੇਖਦਿਆਂ ਹੋਇਆਂ ਕਿਨਾਰਾਕਸ਼ੀ ਕਰਦਿਆਂ ਹੋਇਆਂ ਇੱਥੋਂ ਜਿਹੜੇ ਆ ਉਹ ਹਰਿਦੁਆਰ ਬਨਾਰਸ ਦੇ ਵੱਲ ਉਧਰ ਨੂੰ ਚਲੇ ਜਾਂਦੇ ਨੇ। ਇਹ 1843 ਦੇ ਲਾਗੇ ਦੀ ਘਟਨਾ ਹੈ। ਇਧਰਲੇ ਬੰਨੇ ਕੁਛ ਸਮੇਂ ਦੇ ਵਿੱਚ ਜਿਹੜਾ ਉਹ ਪੰਡਿਤ ਜੱਲਾ ਹੈ ਤੇ ਜਿਹੜਾ ਹੀਰਾ ਸਿੰਘ ਹੈ ਉਹ ਮਾਰ ਦਿੱਤੇ ਜਾਂਦੇ ਨੇ ਖਾਲਸਾ ਫੌਜਾਂ ਦੇ ਦੁਆਲਾ। ਮਹਾਰਾਣੀ ਜਿੰਦਾ ਖਤ ਲਿਖਦੀ ਹੈ, ਬੁਲਾਉਣਾ ਚਾਹੁੰਦੀ ਹੈ ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ਕਿ ਉਹ ਆ ਕੇ ਵਜ਼ਾਰਤ ਨੂੰ ਸੰਭਾਲਣ, ਪਰ ਸਰਦਾਰ ਲਹਿਣਾ ਸਿੰਘ ਮਜੀਠੀਆ ਇਸ ਗੱਲ ਤੋਂ ਇਨਕਾਰ ਕਰ ਦਿੰਦੇ ਆ ਕਿਉਂਕਿ ਜਿਹੜੇ ਹਾਲਾਤ ਸਾਨੂੰ ਕੋਈ ਬਹੁਤੇ ਸਾਜ਼ਗਰ ਨਹੀਂ ਸਨ ਉਸ ਵਕਤ ਦੇ। ਇਸੇ ਸਮੇਂ ਦੇ ਅੰਦਰ ਹੀ ਜਿਹੜੀ ਪਹਿਲੀ ਸਿੱਖ ਐਂਗਲੋ ਜੰਗ ਹੋਈ ਹੈ ਸਿੱਖਾਂ ਦੀ ਤੇ ਅੰਗਰੇਜ਼ਾਂ ਦੀ, ਉਹਦੇ ਵਿੱਚ ਅੰਗਰੇਜ਼ਾਂ ਦੁਆਰਾ ਇੱਥੇ ਬਨਾਰਸ ਦੇ ਅੰਦਰ ਹੀ ਸਰਦਾਰ ਸਾਹਿਬ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀਗਾ। ਇਹ 1846 ਈਸਵੀ ਦੀ ਘਟਨਾ ਹੈ ਕੋਈ ਤਕਰੀਬਨ। ਜਦੋਂ ਜੰਗ ਦੀ ਸਮਾਪਤੀ ਹੋਈ ਤੇ ਉਹਨਾਂ ਨੂੰ ਉਸ ਵਕਤ ਨਜ਼ਰਬੰਦੀ ਤੋਂ ਰਿਹਾ ਕੀਤਾ ਗਿਆ। ਇਹਤੋਂ ਬਾਅਦ ਸਰਦਾਰ ਸਾਹਿਬ ਇਲਾਹਾਬਾਦ, ਕਲਕੱਤਾ, ਜਗਨਨਾਥਪੁਰੀ ਇਤਿਆਦਿਕ ਥਾਵਾਂ ਦੇ ਉੱਤੇ ਰਹਿੰਦੇ ਰਹੇ ਨੇ, ਆਪਣਾ ਜੀਵਨ ਬਸਰ ਕਰਦੇ ਰਹੇ ਨੇ। ਕੁਛ ਜਗੀਰ ਉਹਨਾਂ ਦੀ ਉਸ ਵਕਤ ਤੱਕ ਉਹਨਾਂ ਦੇ ਕੋਲ ਸੀ ਮੌਜੂਦ। ਇਸੇ ਟਾਈਮ ਪੀਰੀਅਡ ਦੇ ਵਿੱਚ ਹੀ ਸਰਦਾਰ ਲਹਿਣਾ ਸਿੰਘ ਮਜੀਠੀਆ ਜਿਹੜਾ ਉਹ ਜਦੋਂ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਜਾਂਦਾ ਹੈ 1851 ਈਸਵੀ ਦੇ ਵਿੱਚ ਲਾਹੌਰ ਆਉਂਦਾ ਹੈ ਪਰਤ ਕੇ। 2 ਸਾਲ ਤਕਰੀਬਨ ਉਹ ਲਾਹੌਰ ਦੇ ਅੰਦਰ ਰਹਿੰਦੇ ਨੇ ਤੇ ਫਿਰ ਉਹ ਵਾਪਸ ਇੱਥੋਂ ਬਨਾਰਸ ਚਲੇ ਜਾਂਦੇ ਹੈ ਜਿੱਥੇ 25 ਜੁਲਾਈ 1854 ਈਸਵੀ ਨੂੰ ਖਾਲਸਾ ਰਾਜ ਦਾ ਇਹ ਮਹਾਨ ਖੋਜੀ, ਵਿਦਵਾਨ, ਦਾਨਿਸ਼ਮੰਦ ਵਿਅਕਤੀ ਸਦਾ ਦੇ ਲਈ ਆਪਣੀਆਂ ਅੱਖਾਂ ਮੀਚ ਜਾਂਦਾ ਹੈ। ਗ੍ਰਿਫਨ ਆਪਣੀ ਕਿਤਾਬ ਦੇ ਅੰਦਰ ਜ਼ਿਕਰ ਕਰਦਾ ਹੈ ਕਿ ਜਦੋਂ ਖਾਲਸਾ ਰਾਜ ਦੇ ਅੰਦਰ ਬਹੁਤੇ ਅਹਲਕਾਰ ਭ੍ਰਿਸ਼ਟ ਹੋ ਚੁੱਕੇ ਸਨ, ਕਰਪਟ ਹੋ ਚੁੱਕੇ ਸਨ, ਉਦੋਂ ਵੀ ਸਿਰਫ ਇੱਕ ਲਹਿਣਾ ਸਿੰਘ ਮਜੀਠੀਆ ਸੀ ਜਿਹਦੇ ਹੱਥ ਮੈਲ ਤੋਂ ਸੱਖਣੇ ਸਨ ਤੇ ਬਿਲਕੁਲ ਸਾਫ਼ ਸਨ। ਬੜਾ ਦਾਨਿਸ਼ਮੰਦ ਵਿਅਕਤੀ ਸੀ। ਇਸੇ ਸਰਦਾਰ ਲਹਿਣਾ ਸਿੰਘ ਮਜੀਠੀਆ ਦਾ ਅੱਗੇ ਪੁੱਤਰ ਹੋਇਆ ਦਿਆਲ ਸਿੰਘ ਮਜੀਠੀਆ, ਜਿਨ੍ਹਾਂ ਨੇ ਇਹ ਟ੍ਰਿਬਿਊਨ ਟਰੱਸਟ ਖੜਾ ਕੀਤਾ ਸੀ, ਟ੍ਰਿਬਿਊਨ ਅਖਬਾਰ ਦੀ ਨੀਂਹ ਰੱਖੀ ਸੀ। ਦਿਆਲ ਸਿੰਘ ਮਜੀਠੀਆ ਦੇ ਨਾਂ ਤੇ ਕਾਲਜ ਵੀ ਆਪਾਂ ਨੂੰ ਮਿਲਦਾ ਹੈ ਲਾਹੌਰ ਦੇ ਅੰਦਰ, ਲਾਇਬ੍ਰੇਰੀ ਵੀ ਹੈ, ਕਾਲਜ ਵੀ ਸੀ, ਇੱਥੇ ਵੀ ਹੈਗਾ। ਇਸ ਪਰਿਵਾਰ ਦਾ ਖਾਲਸਾ ਰਾਜ ਦੀ ਉਸਾਰੀ ਦੇ ਅੰਦਰ ਬਹੁਤ ਵੱਡਾ ਯੋਗਦਾਨ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।